और हाई कोर्ट के आदेशों की होशियारपुर के हाजीपुर ब्लॉक में हो रही अनदेखी। यहां बिना रोक टोक कुछ क्रैशर मालिक अपने क्रैशर चला रहे हैं, जिनको हमारे संवाददाता ने अपने कैमरे में कैद किया है। वहीं जब एसडीएम अशोक कुमार से क्रैशर चलाए जाने को लेकर हमारे संवाददाता ने बात की तो उन्होंने कहा कि यदि ऐसा है तो बंदी कार्रवाई की जाएगी। उन्होंने कहा कि मुकेरिया में 7 खड्डों की बोली सरकार की तरफ से की जा चुकी है, जिनकी जानकारी उनको माइनिंग विभाग द्वारा दी गई है। पूरी तालुका दे विच सारा प्रबंध तुसी देखना व्यवस्था देखे देखो दिन वेले तामिया क्रैशर चलते पाए थे तामिया इत्थे करके नदी सारा जदों तुसी क्रॉस करो तालुका दे विच हो रहा तुहानू पता नहीं ਨੂੰ ਪੜ੍ਹੇ ਬਰਸਤ ਗਏ ਮੈਨੂੰ ਪਾਇਆ ਸੀ ਹਾਂ ਉਹ ਦੇਖੋ ਕਿੰਨੇ ਹਾਲਾਤ ਮੈਂ ਖੁਦ ਪੜ੍ਹਿਆ ਇਹ ਵੀ ਪੈਟਰੋਲ ਪੰਪ ਦੇ ਸਾਹਮਣੇ ਬਿਲਕੁਲ ਮੁਰਗੀ ਖਾਨੇ ਸਰ ਪੂਰੀ ਤਹਿਸੀਲ ਦੇ ਵਿੱਚ ਉਨੇ ਕ੍ਰੈਸ਼ਰ ਚੱਲ ਰਹੇ ਨੇ ਉਹਨਾਂ ਨੂੰ ਜਿਹੜਾ ਹੈਗਾ ਲਗਾਤਾਰ ਮਾਈਨਿੰਗ ਹੋ ਰਹੀ ਹੈ ਬੜੀਆਂ ਖੱਡਾਂ ਉਹ ਮੈਨੂੰ ਮਾਈਨਿੰਗ ਡਿਪਾਰਟਮੈਂਟ ਦੇ ਜਿਹੜੇ ਐਕਸ਼ੀਅਨ ਨੇ ਐਸਡੀਓ ਨੇ ਉਹਨਾਂ ਨੇ ਦੱਸਿਆ ਉਹਨਾਂ ਵੱਲੋਂ ਮੈਨੂੰ ਦੱਸਿਆ ਕਿ 9 ਜਿਹੜੀਆਂ ਨੇ ਖੱਡਾਂ ਉਹ ਜਿਹੜੀਆਂ ਇੱਥੇ ਨਿਲਾਮ ਹੋਈਆਂ ਨੇ ਮੁਕੇਰੀਆਂ ਤਹਿਸੀਲ ਦੇ ਵਿੱਚ ਸੋ ਮੇਰੀ ਜਾਣਕਾਰੀ ਮੁਤਾਬਕ ਜਿਹੜੀ ਆ 9 ਗੱਡਾਂ ਦੀ ਜਿਹੜੀ ਬੋਲੀ ਆ ਹੋ ਚੁੱਕੀ ਆ ਜੋ ਮੈਨੂੰ ਮਾਈਨਿੰਗ ਡਿਪਾਰਟਮੈਂਟ ਦੇ ਜਿਹੜੇ ਐਕਸ਼ੀਅਨ ਨੇ ਉਹਨਾਂ ਨੇ ਦੱਸਿਆ ਸੁਪਰੀਮ ਕੋਰਟ ਨੇ ਜਦ ਤੱਕ ਨਵੀਂ ਪਾਲਿਸੀ ਨਹੀਂ ਬਣਦੀ ਉਸ ਵੇਲੇ ਤੱਕ ਰੋਕ ਲਗਾਤੀ ਸੀ ਹੁਣ ਤੱਕ ਇਹਨਾਂ ਉੱਤੇ ਅੰਕੁਸ਼ ਕਿਉਂ ਨਹੀਂ ਲਗਾਤਾ ਤੁਸੀਂ ਮੇਰੇ ਧਿਆਨ 'ਚ ਲਿਆਂਦਾ ਮੈਂ ਪੁੱਛ ਰਿਹਾ ਇਹਨਾਂ ਨੂੰ ਮਾਈਨਿੰਗ ਡਿਪਾਰਟਮੈਂਟ ਵਾਲਿਆਂ ਨੂੰ ਐਕਸ਼ੀਅਨ ਨੂੰ ਅਤੇ ਐਸ ਡੀ ਨਾਲ ਗੱਲ ਕਰਕੇ ਵੀ ਜਿਹੜਾ ਤੁਸੀਂ ਮੈਨੂੰ ਦੱਸਿਆ ਨੇ ਇਹਨਾਂ ਦੀ ਨਿਲਾਮੀ ਹੋਈ ਹੈ ਜਾਂ ਨਹੀਂ ਹੋਈ ਆ ਕਲੀਅਰ ਕਰ ਲੈਂਦੇ ਹਾਂ ਤੁਹਾਡੇ ਮੁਤਾਬਕ ਕਿ ਜਿਹੜੀ ਰੱਦ ਹੋ ਚੁੱਕੀਆਂ ਨੇ ਬਟ ਉਹਨਾਂ ਨੇ ਦੱਸਿਆ ਥੋੜ੍ਹਾ ਜਿਹਾ ਇਹ ਜਿਹੜੀ ਹੈਗੀ ਆ ਵਿੱਚ ਗੈਪ ਆ ਉਹਦੇ ਬਾਰੇ ਉਹਨਾਂ ਨੂੰ ਮੈਂ ਕਲੀਅਰ